ਲਿਖ ਕੇ ਸੱਚੋ ਸੱਚ ਤੁਸੀਂ ਵੀ ਸੁਣੋ। ਹੁਣ ਤੁਸ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪੁਰਾਈ ਝੂਠੀ ਲਾਚ ਵਾਰੀ, ਜੇਲ ਪੁਰਾਈ ਜੋਹੇ ਜੂਰੇ ਕਰੇ ਚੋਰੀ ਬੁਰਿਆਈ, ਛੁੱਟੇ ਹੋਈ ਅਨਾਰੀ, ਤੂੰ ਪਾਇਆ ਰਹੇ ਸੁਤੰਤਰ ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾਤਿਕ ਜਿਆ ਤਾਂ ਮਨ ਭਲਾ ਪਾਇਆ, ਹਲ ਨਾ ਸੋਭਾ ਪਾਲਤ ਨਾ ਹੋਈ, ਪਹਿਲਾ ਜਨਮ ਗਵਾਇਆ, ਹੋਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਹੋਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ। ਬਾਬਾ ਤੋਂ ਭਾਵ ਕੀ ਪਿਤਾ, ਉਹਨਾਂ ਨੇ ਅੰਕ 1014 ਤੇ ਜਾ ਕੇ ਦੱਸਿਆ ਕਿ ਬਾਬਾ ਜੀ ਕੀ ਕਈ ਮਾਨਿਆਂ ਵਿੱਚ ਦੂਸਰੇ ਲਫ਼ਜ਼ਾਂ ਵਿੱਚ ਬਾਬਾ ਕੀ ਹੁੰਦਾ। ਹੇ ਮੇਰੇ ਸਰੀਰ ਮੈਂ ਤੇਰੇ ਵਰਗੇ ਇਉਂ ਰੋਲਦੇ ਵੇਖੇ ਨਾ ਜਿਵੇਂ ਧਰਤੀ ਉੱਤੇ ਸਵਾਹ, ਕਿਉਂਕਿ ਮੇਰੇ ਸਰੀਰ ਨੇ ਬਹੁਤ ਲੋਭ ਕਮਾਇਆ ਹੈ, ਇਸ ਜਨਮ ਵਿੱਚ ਵੀ ਬਹੁਤ ਕੁਛ ਕਮਾਇਆ ਹੈ, ਵਿਆਰਤੇ ਦੀ ਭੱਜ ਦੌੜ ਵਿਆਸ ਦੇ ਹੇਠ ਮਾੜੇ ਹੁਕਮਾਂ ਦਾ ਭਾਰ ਚੁੱਕਦਾ ਰਿਹਾ, ਮੇਰੀ ਜਿੰਦੇ ਕੋਈ ਚੱਜ ਸਿੱਖ ਲੈ ਐਵੇਂ ਜਨਮ ਨਾ ਗਵਾ, ਪਰਾਈ ਨਿੰਦਿਆ ਪਰਾਈ ਚੁਗਲੀ ਕਰਦਾ, ਪਰਾਈ ਇਸਤਰੀ ਨੂੰ ਮਾੜੀ ਨਿਗਾਹ ਨਾਲ ਦੇਖਦਾ ਰਿਹਾ ਤੇ ਚੋਰੀਆਂ ਕਰਦਾ ਰਿਹਾ, ਹੋਰ ਬੁਰਿਆਈਆਂ ਕਰਦਾ ਰਿਹਾ, ਮੇਰੇ ਸਰੀਰ ਤੂੰ ਮਾਂ ਦੀ ਨੀਂਦ ਵਿੱਚ ਸੁੱਤਾ ਰਿਹਾ, ਤੈਨੂੰ ਸਮਝੀ ਨਾ ਕਿ ਤੂੰ ਕੀ ਕਰਤੂਤ ਕਰਦਾ ਰਿਹਾ, ਚੋਰੀ ਆਦਿ ਕਰਕੇ ਮੈਂ ਜੋ ਮਾਲ ਤਾਂ ਲਿਆਉਂਦਾ ਰਿਹਾ, ਮਨ ਵਿੱਚ ਪਸੰਦ ਆਉਂਦਾ ਰਿਹਾ, ਇਸ ਤਰ੍ਹਾਂ ਨਾ ਮੈਂ ਇਸ ਲੋਕ ਵਿੱਚ ਸੁਭਾ ਕੱਟੀ ਨਾ ਪੁਰ ਲੋਕ ਵਿੱਚ। ਇਹ ਜੋ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਸਵਾਲ ਕੀਤਾ ਕਿ ਇਹ ਕਥਾ ਵਾਚਕਾਂ ਨੂੰ ਪ੍ਰਚਾਰਕਾਂ ਨੂੰ ਨਜ਼ਰ ਨਹੀਂ ਆਇਆ, ਨਾਨਕ ਨਾਮ ਲੈ ਸੁਣਨ ਵਾਲੇ ਨੇ ਉਹਨਾਂ ਤੱਕ ਇਹ ਗਿਆਨ ਪਹੁੰਚ ਰਿਹਾ ਹੈ। ਜਿਸਣਾ ਹੁਣ ਇਹ ਦੇਖਣਾ ਹੁਣ ਇਹ ਹੈ ਕਿ ਨਾਨਕ ਨਾਮ ਉਹਨਾਂ ਦੇ ਨਾਮ ਲੈਵਾ ਕਿਵੇਂ ਕਰਦੇ ਨੇ ਜਿਵੇਂ ਨਾਨਕ ਜੀ ਨੇ ਲਿਖਿਆ, ਕਿਉਂਕਿ ਕਹਿੰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਅਸੀਂ ਉਵੇਂ ਹੀ ਕਰਦੇ ਹਾਂ, ਉਵੇਂ ਹੀ ਬੋਲਦੇ ਹਾਂ। ਇਹ ਵੀ ਤਰਜਮਾ ਸੁਣਾਇਆ ਹੈ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਖੂਬ ਹੂ ਇਸ ਤਰ੍ਹਾਂ ਹੈ। ਦਿਸ ਅਪਰਚੁਨਿਟੀ ਸ਼ੈਲ ਨਾਟ ਕਮ ਅਗੇਨ ਮਾਈ ਬਾਬਾ, ਆਈ ਸੇ ਟੂ ਯੂ ਓ ਮਾਈ ਬੋਡੀ ਲਿਸਨ ਟੂ ਮਾਈ ਐਡਵਾਈਸ, ਯੂ ਸਲੈਂਡਰ ਐਂਡ ਦੈਨ ਪ੍ਰੇਜ਼ ਅਦਰਸ, ਯੂ ਇੰਡਲਜ ਇਨ ਲਾਈਸ ਐਂਡ ਗੌਸਿਪ, ਯੂ ਗੇਜ਼ ਅਪਨ ਦੀ ਵਾਈਫ ਆਫ ਅਦਰਸ, ਓ ਮਾਈ ਸੋਲ ਯੂ ਸਟਿਲ ਆਰ ਕਮਿਟ ਈਵਲ ਡੀਡਸ, ਬਟ ਵੈਨ ਯੂ ਵੈਨ ਦਿਸ ਵਨ ਡਿਡ ਪਾਰਟ, ਯੂ ਸ਼ੈਲ ਰਿਮੇਨ ਬਿਹਾਈਂਡ ਲਾਈਕ ਐਨ ਅਬੰਡੈਂਟ ਵੂਮਨ। Oh my body, you are living in a dream. What good deeds have you done? This picture invented from her hand. When I saw something by deception, then my mind was pleased. I have no honor in this world, and I shall find no shelter in the world hereafter. My life has been lost, wasted in vain. I am totally miserable, O Baba, said Nanak. No one cares for me at home. ਬਾਣੀ ਨੂੰ ਉੱਤਰ ਬਾਣੀ ਕਿਹਾ ਗਿਆ। ਪੰਡਤ ਬੜੇ ਫੜ ਬਾਦ ਖਾਣੇ ਤਿੰਨਾਂ ਬੋਝ ਨਾ ਪਾਈ, ਲਿਖਿਆ ਮਾਰ ਕੇ ਧਰਮ ਪਲਾਏ ਉਪਦੇਸ਼ ਕਰੋ ਕਿ ਪਾਈ, ਭਰਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੁਗਤ ਪਾਏ ਸਭ ਦੇ ਸੱਚ ਸਮਾਈ, ਹਾਂ ਗੁਰੂ ਸਲਾਈ ਸਦਾ ਆਪਣਾ ਜਿਨ ਸਾਚੀ ਬੋਝ ਬਜਾਏ, ਨਾਨਕ ਕਹੇ ਨਾਨਕ ਇਹ ਕਹਿ ਬਨੰਤੀ ਨਾਵੋ ਗਤ ਪਤ ਪਾਈ। ਮਾਇਆ ਦੇ ਮੋਹ ਵਿੱਚ ਫਸ ਉਹ ਪੰਡਿਤ ਲੋਕ ਭਟਕਣਾ ਦੇ ਕਾਰਨ ਆਪ ਕਰਾਹੇ ਪੈ ਰਹਿੰਦੇ ਹਨ, ਫਿਰ ਉਹ ਹੋਰ ਕਿਸੇ ਨੂੰ ਸਿੱਖਿਆ ਦਿੰਦੇ ਹਨ,
ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤਾਂ ਦੇ ਸ਼ੁੱਧ ਵਚਨ ਸ੍ਰੇਸ਼ਟ ਹੋਇਆ ਕਰਦੇ ਹਨ। ਉਹ ਬੋਲ ਹਰੇਕ ਯੁੱਗ ਵਿੱਚ ਅਨੇਕਾਂ ਸਮੇਂ ਹੀ ਸਮਾਂ ਉੱਤੇ ਆਪਣਾ ਪ੍ਰਭਾਵ ਪਾਉਂਦੇ ਹਨ। ਬੜੇ ਬੜੇ ਲੋਕ ਇਸ ਬਾਣੀ ਨੂੰ ਰੂਪ ਦੇ ਵਿੱਚ ਦਿਖਾਉਣਾ ਆਪਣਾ ਫਲ ਸਮਝਦੇ ਹਨ। ਗੁਣਾ ਮਾਣ ਪ੍ਰਾਪਤ ਕਰਨਾ ਲੋਚਨ ਸਤੀ ਕਰਮਾਂ ਵਿੱਚ ਹੋਵੇ। ਜਿਹੜੇ ਕਰਮਾਂ ਬਾਰੇ ਮੈਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਨਾਨਕ ਨਾਮ ਲੇਖਾ ਨੇ, ਨਾਨਕ ਨਾਮ ਨਾਮ ਲੇਵਾ ਲੋਕਾਂ ਨੇ, ਭਗਤਾਂ ਦੇ ਵਚਨ ਦਾ ਇੱਕ ਪਾਸੇ ਕਿਸੇ ਗੁਰੂ ਦੇ ਵਚਨ ਦੀ ਵੀ ਪਾਲਣਾ ਨਹੀਂ ਕੀਤੀ। ਗੁਰੂ ਬਾਰ ਬਾਰ ਭਗਤ ਲਈ ਸਤਿਗੁਰੂ ਲਫ਼ਜ਼ ਦੀ ਵਰਤੋਂ ਕਰ ਰਹੇ ਹਨ। ਪਾਤਸ਼ਾਹ ਦੀ ਬਸ ਪਾਤਸ਼ਾਹੀ ਕਰਤੀਆਂ ਨਾਲ ਕੋਈ ਦਿੱਤੀਆਂ ਫਿਰ ਸ਼ਬਦ ਸਤਿਚਾਰ ਬਣਾਏ, ਪਰ ਗੁਰੂ ਦਾ ਹੁਕਮ ਉਹਦਾ ਆਪਣੇ ਚੇਲਾ ਨਾ ਮੰਨੇ, ਆਪਣੇ ਆਪ ਬੰਧਨਾਂ ਵਿੱਚ ਬੰਨੇ ਗਏ ਬਹੁ ਗਿਣਤੀ। ਪਰ ਗੁਰੂ ਕਹਿ ਰਿਹਾ ਜੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੇ ਤਿੰਨ ਰਹਿਣ ਖੋਣ ਆਸਾ ਭਗਤਾਂ ਕੇ ਸੁਭਾਇਆ। ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੋਇਆ, ਉਸਨੇ ਰਹਿਣ ਖੂਨ ਸਾਰੇ ਜੀਵਨ ਨੂੰ ਲਿਆ ਕੇ ਭਗਤ ਜਿਨ੍ਹਾਂ ਦੇ ਅੱਗੇ ਖੜਾ ਕਰ ਦਿੱਤਾ ਹੈ। ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਉਹਨਾਂ ਦੇ ਚਰਨੀ ਪਾਇਆ ਹੈ। ਦੀ ਹੋਲ ਵਰਲਡ ਕਮ ਅੰਡਰ ਦੀ ਕੰਟਰੋਲ ਆਫ ਵਨ ਇਸ ਹੋਮ ਇਸ ਫਿਲਡ ਵਿਦ ਦੀ ਲੋਡ ਦ ਕਿੰਗ ਹੀ ਇਜ਼ ਸਬਜੈਕਟ ਟੂ ਨੋ ਵਨ ਆਫ ਹਿਸ ਰੂਲ ਐਂਡ ਦਾ ਲੋਡ ਦ ਕਿੰਗ ਕੋਜ਼ ਐਵਰੀਵਨ ਟੂ ਫਾਲ ਐਟ ਹਿਸ ਫੀਟ ਫਾਦਰ ਵਨ ਮੇ ਰਨ ਅਵੇ ਫਰਮ ਦ ਕੋਰਟ ਆਫ ਅਦਰ ਮੈਨ ਬਟ ਵਰ ਕੈਨ ਦੇ ਗੋ ਅਸਕੇਪ ਦੀ ਲੋਡ ਆਫ ਲੋਡ ਕਿੰਗਡਮ ਦ ਲੋਡ ਇਜ਼ ਸੱਚ ਕਿੰਗ ਹੂ ਅਬਾਇਡ ਇਨ ਦੀ ਹਾਰਟ ਆਫ ਫਾਦਰ ਦਰ ਨੋ ਡਿਫਰੈਂਸ He brings the others and makes them stand before Bhagat. The glorious greatness of the Lord's name is obtained only by His grace. How few are those Gurmukhs who meditate on Him? Karo namaskar kar jan tur mukh lavo. Amrit sant gun bolde man mein chalao. Amrit sant gun bolde so mane chalao. Adios, amen.